ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਹੋਸਾਓ ਸਾਵਧਾਨ ਪੰਜਾਬ ਬਿਜਲੀ ਮੈਕ ਮੇ ਤੋਂ ਆਈ ਇਹ ਵੱਡੀ ਖਬਰ ਕਿਤੇ ਰਗੜੇ ਨਾ ਜਾਇਓ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣ ਜਿੱਥੇ ਸੂਬੇ ਅੰਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਜਾਰੀ ਕਰਕੇ ਲੋਕਾਂ ਨੂੰ ਝੁਲਦਾ ਦਿੱਤੀਆਂ ਜਾ ਰਹੀਆਂ ਹਨ ਉਥੇ ਕੁਝ ਲੋਕਾਂ ਵੱਲੋਂ ਗਲਤਾਂ ਨਾਲ ਉਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਜਿਸ ਕਾਰਨ ਪੁਲਿਸ ਵੱਲੋਂ ਐਸੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਕੋਈ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਤਾਂ ਜੋ ਦੇਸ਼ ਅੰਦਰ ਧੋਖਾਧੜੀ ਅਤੇ ਹੋਰ ਕਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ ਸੂਬੇ ਅੰਦਰ ਆਏ ਦਿਨ ਹੀ ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ ਵਿਭਾਗਾ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਲਈ ਕਈ ਬਦਲਾਵ ਕੀਤੇ ਜਾ ਰਹੇ ਹਨ انسان ਜ਼ਿੰਦਗੀ ਦੇ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਦਾ ਨੰਦ ਮੰਨਦਾ ਹੈ ਜਿਸ ਦੇ ਨਾਲ ਉਸ ਦੀ ਜ਼ਿੰਦਗੀ ਕਈ ਆਸਾਨ ਬਣ ਜਾਂਦੀ ਹੈ ਇਹਨਾਂ ਸੁਖ ਸੁਹੂਲਤਾਂ ਦੇ ਵਿੱਚੋਂ ਇੱਕ ਸੁਹੂਲਤ ਬਿਜਲੀ ਦੀ ਵੀ ਹੈ ਜਿਸ ਦੇ ذریعے ਅਸੀਂ ਆਪਣੇ ਘਰਾਂ ਦਾ ਰੋਸ਼ਨੀ ਕਰਦੇ ਹਾਂ ਪਰ ਕਈ ਵਾਰ ਬਿਜਲੀ ਨਾਲ ਸੰਬੰਧਿਤ ਕਈ ਤਰ੍ਹਾਂ ਦੇ ਦਿੱਕਤਾਂ ਦਾ ਸਾਹਮਣਾ ਖਪਤਕਾਰਾਂ ਨੂੰ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਹੱਲ ਵਾਸਤੇ ਉਹਨਾਂ ਨੂੰ ਕਈ ਵਾਰ ਪਾਵਰ ਕਮਡਫਰਾਂ ਦੇ ਚੱਕਰ ਵੀ ਕੱਟਣੇ ਪੈਂਦੇ ਹਨ ਉੱਥੇ ਹੁਣ ਬਿਜਲੀ ਵਰਤਣ ਵਾਲਿਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਵੱਲੋਂ ਬਿਜਲੀ ਦੀ ਚੋਰੀ ਨੂੰ ਰੋਕਣ ਲਈ 스마트 ਮੀਟਰ ਲਗਾਏ ਜਾ ਰਹੇ ਹਨ ਉਥੇ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਟਿਡ ਬੀ ਐਸ ਐਮ ਡੀ શ્રીਏ ਵੈਨੂ ਪ੍ਰਸਾਦ ਦੇ ਡਾਇਰੈਕਟਰ ਡਿਸਟ੍ਰਿਬਿਊਸ਼ਨ ਇੰਜੀਨੀਅਰ ਡੀ ਪੀ ਐਸ ਕਰੇਵਾਲ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਚਲਾਈ ਗਈ ਮਹੀਮ ਦੇ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਵੱਖ-ਵੱਖ ਇਨਫੋਰਮੇਟਿਵ ਟੀਮਾਂ ਵੱਲੋਂ ਦੋ ਦਿਨ ਵਿੱਚ ਮਾਰੇ ਗਏ ਵੱਖ-ਵੱਖ ਵਰਗਾਂ ਦੇ ਛਾਪੇਦੰ بجلی ਦੀ ਚੋਰੀ ਤੇ ਉਲੰਘਣਾ ਕਰਨ ਵਾਲੇ ਦਰਸ਼ੀਆਂ ਨੂੰ 71.40 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਹਨਾਂ ਟੀਮਾਂ ਵੱਲੋਂ ਜਲੰਧਰ, ਬਠਿੰਡਾ ਅਤੇ ਪਟਿਆਲਾ ਦੇ ਵੱਖ-ਵੱਖ ਖੇਤਰਾਂ ਵਿੱਚ ਛਾਪੇ ਮਾਰੇ ਗਿਆ ਸੀ। ਵੱਖ-ਵੱਖ ਖੇਤਰ ਵਿੱਚ ਮਾਰੇ ਗਏ ਛਾਪੇ ਦੌਰਾਨ ਲੋਕਾਂ ਦੀ ਚੋਰੀ ਨੂੰ ਫੜਿਆ ਗਿਆ ਤੇ ਉਹਨਾਂ ਨੂੰ ਭਾਰੀ ਜੁਰਮਾਨੇ ਪਾਏ ਗਏ ਤਾਂ ਜੋ ਇਹਨਾਂ ਦੋਸ਼ੀਆਂ ਵੱਲੋਂ ਮੁੜ ਜੇ ਕੋਸ਼ਿਸ਼ ਨਾ ਕੀਤੀ ਜਾਏ। ਜਲੰਧਰ ਵਿੱਚ ਟਾਬਿਆ ਰੈਸਟੋਰੈਂਟ ਆ ਮਾਲ ਆਦੀ ਉੱਪਰ ਵੀ ਚੋਰੀ ਅਤੇ ਉਲੰਘਣਾ ਕਰਨ ਤੇ ਭਾਰੀ ਜੁਰਮਾਨਾ ਕੀਤਾ ਗਿਆ ਜਲੰਧਰ ਵਿੱਚ ਇੱਕ ਮਾਲ ਵਿੱਚ 6 ਦੁਕਾਨਾਂ ਇੱਕ ਘਰੇਲੂ ਸ਼੍ਰੇਣੀ ਦੇ ਮੀਟਰ ਤੋਂ ਬਿਜਲੀ ਵਰਤਦੇ ਕਰਦਿਆਂ ਹੋਇਆ ਪਾਇਆ ਗਿਆ ਗਲਤ ਤੰਗਣਾ ਬਿਜਲੀ ਵਰਤੋਂ ਦੀ ਲੈ ਕੇ ਭਾਰੀ ਜੁਰਮਾਨਾ ਪਾਇਆ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ